इस वेले दी वड्डी खबर बठिंडा दे अमरीक सिंह रोड तो आ रही है, जिथे उस वेले वड्डा हंगामा हो गया जदों बीजेपी वालों मरहूम प्रधानमंत्री अटल बिहारी वाजपेयी की जयंती मौके एक प्रोग्राम रखा होया सी। पर जिवें ही बीजेपी वालों के प्रोग्राम की खबर किसान यूनियन लगी तो मौके ते किसान हौली हौली इकट्ठे होने शुरू हो गए ते हालात इत्थों तक विगड़ गए कि किसान पुलिस वालों लगाए गए बैरीगेट तोड़ के समागम वाली थां ते पहुंच गए अते किसानां नूं देख मौके तो बीजेपी के लीडर अते होर वर्कर भज निकले, जिस तों बाद किसानां ने समागम वाली कुर्सियां खिंडा दित्तियां। इन्ना ही नहीं, किसानां ने इस मौके जिथे बीजेपी अते बीजेपी वाले ने पुलिस प्रशासन खिलाफ मुर्दाबाद के नारे लगाए। तुसीं भी देखो मौके दीआं लाइव तस्वीरां किवें किसानां ने बीजेपी वालियां नूं मौके ते भाजड़ पाई। ਇਹ ਜਿਹੜੇ ਭਾਰਤੀ ਜਨਤਾ ਪਾਰਟੀ ਵਾਲੇ ਕਹਿੰਦੇ ਫੁੱਲ ਖੜਾਉਣਾ, ਭਾਰਤ ਤਾਂ ਮਰਝਾਇਆ ਫਿਰਦਾ, ਇਹ ਫੁੱਲ ਖੜਾਉਂਦੇ ਫਿਰਦੇ ਨਾ, ਕਿਉਂਕਿ ਭਾਰਤ ਨੂੰ ਵੇਚਤਾ, ਕਾਲੇ ਕਾਨੂੰਨ ਬਣਾਤੇ, ਲੋਕ ਦਿੱਲੀ 'ਚ ਬੈਠੇ ਆ, ਪਲਾਜੇ ਘਰੀ ਬੈਠੇ ਆ, ਲੈਂਸ ਦੇ ਮੌਲ ਘਰੀ ਬੈਠੇ ਆ, ਇਹ ਫੰਕਸ਼ਨ ਮਨਾ ਰਹੇ, ਜਸ਼ਨ ਮਨਾ ਰਹੇ ਨੇ, ਲੋਕ ਮਰਨ ਨੂੰ ਫਿਰਦੇ, ਕਿਸਾਨ ਮਰਨ ਨੂੰ ਫਿਰਦਾ, ਜਿਨ੍ਹਾਂ ਦਾ ਪੈਦਾ ਕੀਤਾ ਹੋਇਆ ਅਨਾਜ ਖਾਂਦੇ ਨੇ ਉਹਨਾਂ ਦਾ ਵਿਰੋਧ ਕਰਦੇ ਨੇ, ਇਸ ਕਰਕੇ ਇਹਨਾਂ ਨੂੰ ਕਿਤੇ ਫੰਕਸ਼ਨ ਨਹੀਂ ਮਨਾਉਣ ਦੇਵਾਂਗੇ, ਕਿਤੇ ਇਹਨਾਂ ਦਾ ਮੰਤਰੀ ਨਹੀਂ ਆਉਣ ਦੇਵਾਂਗੇ, ਅਸੀਂ ਉਹਦਾ ਹਰ ਹਾਲਤ ਵਿਰੋਧ ਕਰਾਂਗੇ। ਅੱਜ ਜਿਹੜਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕਿਸਾਨਾਂ ਦੇ ਖਾਤੇ ਦੇ ਵਿੱਚ ਮੇਰੇ ਕੋਲ ਡਾਇਰੈਕਟ 18,000 ਕਰੋੜ ਰੁਪਇਆ ਪਾਉਣਾ ਸੀ, ਉਸਦੇ ਸੰਬੰਧ ਦੇ ਵਿੱਚ ਅਤੇ ਸਵਰਗੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦੇ ਜਨਮ ਦਿਨ ਦੇ ਉਪਲੱਖ ਦੇ ਵਿੱਚ ਇੱਕ ਕਾਰਿਆਕ੍ਰਮ ਭਾਰਤੀ ਜਨਤਾ ਪਾਰਟੀ ਵੱਲੋਂ ਰੱਖਿਆ ਗਿਆ ਸੀਗਾ। ਪਰ ਬੜੇ ਸ਼ਰਮ ਦੀ ਗੱਲ ਹੈ, ਸਾਡੇ ਪ੍ਰਦੇਸ਼ ਦੇ ਸਰਕਾਰ ਅਤੇ ਸਾਡੀ ਪੁਲਿਸ ਪ੍ਰਸ਼ਾਸਨ ਡੈਮੋਕ੍ਰੇਸੀ ਦਾ ਮਰਡਰ ਕਰਦੇ ਹੋਏ, ਸਾਡੇ ਜੋ ਜਮਹੂਰੀਅਤ ਹੱਕ ਹੈ, ਲੋਕਤਾਂਤਰਿਕ ਹੱਕ ਹੈ, ਉਸ ਦਾ ਕਾਨ ਕਰਦੇ ਹੋਏ ਕਿਸਾਨਾਂ ਨੂੰ ਇਹਨਾਂ ਨੇ ਅੰਦਰ ਆਉਣ ਦਿੱਤਾ। ਕਿਸਾਨਾਂ ਦੇ ਰੂਪ ਦੇ ਵਿੱਚ ਜਿਹੜੇ ਭੇੜੀਏ ਗੁੰਡਾ ਤੱਤਾ ਬੜੇ ਹੋਏ ਨੇ, ਉਹਨਾਂ ਨੇ ਆ ਕੇ ਸਾਡੀ ਮਹਿਲਾਵਾਂ ਕਾਰਿਆਕਰਤਾ ਦੇ ਉੱਤੇ ਅਟੈਕ ਕੀਤਾ, ਲਾਠੀਆਂ ਮਾਰੀਆਂ, ਤੋ ਜੋ ਭਾਰਤੀ ਜਨਤਾ ਪਾਰਟੀ ਬਿਲਕੁਲ ਬਰਦਾਸ਼ਤ ਨਹੀਂ ਕਰੇਗੀ, ਚਾਹੇ ਉਹ ਬੰਗਾਲ ਹੋਵੇ, ਚਾਹੇ ਕੇਰਲ ਹੋਵੇ ਅਤੇ ਹੁਣ ਚਾਹੇ ਪੰਜਾਬ ਹੋਵੇ। ਜਿੱਥੇ ਜਿੱਥੇ ਵਾਮਪੰਥ ਨੇ ਸਾਡੇ ਦੇ ਨਾਲ ਇਸ ਤਰੀਕੇ ਦੀ ਲੜਾਈ ਲੜੀ ਹੈ, ਅਸੀਂ ਇੱਟ ਦਾ ਜਵਾਬ ਪੱਥਰ ਨਾਲ ਦੇਣਾ ਜਾਣਦੇ ਹਾਂ। ਕਿਸਾਨ ਸਾਡੇ ਸ਼ਰੀਫ ਹੈ, ਉਹਨਾਂ ਨੂੰ ਉਹਨਾਂ ਦੇ ਵਿੱਚ ਜੋ ਵਾਮਪੰਥੀ ਗੁੰਡੇ ਵਿੱਚ ਵੜ ਗਏ, ਉਹਨਾਂ ਵਾਮਪੰਥੀ ਗੁੰਡਿਆਂ ਨੇ ਅੱਜ ਇਹ ਅਟੈਕ ਕੀਤਾ ਜੋ ਬਿਲਕੁਲ ਬਰਦਾਸ਼ਤ ਯੋਗ ਨਹੀਂ। ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਨਰੇਸ਼ ਸ਼ਰਮਾ ਦੀ ਰਿਪੋਰਟ।